ਫਾਜ਼ਿਲਕਾ ਨਗਰ ਕੌਂਸਲ ਦੇ ਵਾਰਡ ਨੰਬਰ 7 ਦੀ ਹੋਈ ਉਪਚੋਣ 'ਚ ਕਾਂਗਰਸ ਦੀ ਉਮੀਦਵਾਰ ਬਿਮਲਾ ਰਾਣੀ ਨੇ ਭਾਜਪਾ ਦੀ ਸੰਗੀਤਾ ਰਾਣੀ ਨੂੰ 178 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ ਅਤੇ ਆਪਣੇ ਅਤੇ ਆਪਣੇ ਪਾਰਟੀ ਵਰਕਰਾਂ ਨਾਲ ਹੋਲੀ ਤੋਂ ਪਹਿਲਾਂ ਹੀ ਹੋਲੀ ਦਾ ਜਸ਼ਨ ਮਨਾਇਆ ਗਿਆ। ਨਗਰ ਕੌਂਸਲ ਫਾਜ਼ਿਲਕਾ ਦੇ 25 ਵਾਰਡਾਂ 'ਚੋਂ ਇਸ 7 ਨੰਬਰ ਵਾਰਡ ਉੱਪਰ ਪਹਿਲਾਂ ਭਾਜਪਾ ਦਾ ਕਬਜ਼ਾ ਸੀ ਪਰ ਭਾਜਪਾ ਕੌਂਸਲਰ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਅਤੇ ਇਸ ਉਪਰੰਤ ਇਸ ਸੀਟ ਲਈ ਉਪਚੋਣ ਹੋਈ। ਇਸ ਵਾਰਡ ਦੀਆਂ ਕੁੱਲ 2005 ਵੋਟਾਂ 'ਚੋਂ 1313 ਵੋਟਾਂ ਪੋਲ ਹੋਈਆਂ ਜਦਕਿ ਬਿਮਲਾ ਰਾਣੀ ਨੂੰ 735 ਅਤੇ ਸੰਗੀਤਾ ਰਾਣੀ ਨੂੰ 557 ਵੋਟਾਂ ਮਿਲੀਆਂ। ਇਸ ਤੋਂ ਇਲਾਵਾ 21 ਵੋਟਰਾਂ ਨੇ ਨੋਟਾ ਵੀ ਵਰਤੋਂ ਕੀਤੀ। ਇਸ ਸੀਟ ਉੱਪਰ ਸ਼ੁਰੂ ਤੋਂ ਹੀ ਭਾਜਪਾ ਅਤੇ ਕਾਂਗਰਸ ਦਰਮਿਆਨ ਕਾਂਟ ਦੀ ਟੱਕਰ ਮੰਨੀ ਜਾ ਰਹੀ ਸੀ ਅਤੇ ਇਸ ਤੋਂ ਦੋਹਾਂ ਪਾਰਟੀਆਂ ਨੇ ਵਕਾਰੀ ਸੀਟ ਐਲਾਨਿਆ ਹੋਇਆ ਸੀ ਜਿਸ ਕਾਰਨ ਚੋਣ ਆਬਰਜਵਰ ਪੂਨਮ ਸਿੰਘ SDM ਅਬੋਹਰ, MP ਹੈੱਡਕੁਆਰਟਰ ਵਿਨੋਦ ਚੌਧਰੀ ਅਤੇ DSP ਨਰਿੰਦਰ ਸਿੰਘ ਪੂਰਾ ਦਿਨ ਖੁਦ ਮੌਕੇ 'ਤੇ ਹਾਜ਼ਰ ਰਹੇ। ਸ਼ਾਮ 4 ਵਜੇ ਤੱਕ ਚੱਲੀ ਪੋਲਿੰਗ ਤੋਂ ਬਾਅਦ ਕਾਂਗਰਸ ਦੀ ਬਿਮਲਾ ਰਾਣੀ ਨੂੰ ਜੇਤੂ ਐਲਾਨ ਕਰਦੇ ਹੋਏ ਚੋਣ ਆਬਰਜਵਰ ਪੂਨਮ ਸਿੰਘ ਨੇ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ। BJP 557, ਕਾਂਗਰਸ 735, ਨੋਟਾ 21, ਟੋਟਲ 1313, 178 ਵੋਟਾਂ ਦੇ ਨਾਲ ਕਾਂਗਰਸ ਪਾਰਟੀ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਸਮਰਥਨ ਦਿੱਤਾ, ਮੈਨੂੰ ਇੰਨੀ ਵੱਡੀ ਜਿੱਤ ਦਿੱਤੀ ਹੈ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।